ਸਤਿ ਸ਼੍ਰੀ ਅਕਾਲ ਜੀ। ਜਿੱਥੇ ਲਗਾਤਾਰ ਮਨਰੇਗਾ ਵਰਕਰ ਅੱਡ ਅੱਡ ਪਿੰਡਾਂ ਦੇ ਵਿੱਚ ਆਪਣੇ ਕੰਮ ਹੋਰ ਸਾਰੇ ਰੁਝੇਵਿਆਂ ਦੇ ਵਿੱਚ ਲੱਗੇ ਹੋਏ ਆ, ਉੱਥੇ ਹੀ ਲਗਾਤਾਰ ਮਨਰੇਗਾ ਵਰਕਰ ਦੀ ਮੰਗਾਂ ਨੂੰ ਲੈ ਕੇ ਮਨਰੇਗਾ ਵਰਕਰ ਯੂਨੀਅਨ ਵੱਲੋਂ ਜਿਹੜਾ ਇੱਕ ਵਿਸ਼ਾਲ 29 ਤਰੀਕ ਨੂੰ ਜਿਹੜਾ ਆ ਧਰਨਾ ਮੁਜ਼ਾਹਰਾ ਹੁਸ਼ਿਆਰਪੁਰ ਵਿਖੇ ਕੀਤਾ ਜਾ ਰਿਹਾ, ਉਹਦੀ ਤਿਆਰੀ ਸੰਬੰਧੀ ਅੱਡ ਅੱਡ ਪਿੰਡਾਂ ਦੇ ਵਿੱਚ ਮਨਰੇਗਾ ਮੇਟ ਵਰਕਰ ਲਗਾਤਾਰ ਮੀਟਿੰਗਾਂ ਕਰਕੇ ਕਰ ਰਹੇ ਆ। ਸਾਡੇ ਨਾਲ ਅਨੂ ਮੈਡਮ ਹੈ, ਅਨੂ ਮੈਡਮ ਨੰਗਲ ਵਿਹਾਲਾ ਤੋਂ ਪਿਛਲੀਆਂ ਮੀਟਿੰਗਾਂ ਕਰਵਾ ਰਹੇ ਆ ਇੱਥੇ ਹੈ। ਮੈਡਮ ਅੱਜ ਇੱਥੇ ਮੀਟਿੰਗ ਦੇ ਵਿੱਚ ਆਏ ਤੇ ਕਿੱਦਾਂ ਦੀ ਤਿਆਰੀ ਚੱਲਦੀ ਪਈ ਆ ਜਿਹੜੀ ਮੁਜ਼ਾਹਰੇ ਦੀ? ਸਰ, ਮੈਂ ਅਨੀਤਾ ਰਾਣੀ, ਪਿੰਡ ਨੰਗਲ ਵਿਹਾਲਾ ਦੀ ਮੇਟ ਹੈਗੇ। ਸਰ, ਅਸੀਂ ਆਪਣੇ ਜਿਹੜੇ ਹੈਗੇ ਮੈਂਬਰ ਥੇ ਬਰਨਾਲਾ ਦੇ ਵਰਕਰਸ ਐਂਡ ਉਹ ਰਿਲੇਟ, ਉਹਨਾਂ ਨੂੰ ਜਥੇਬੰਦ ਕਰਦੇ ਪਏ। ਅਸੀਂ ਮਨਰੇਗਾ ਯੂਨੀਅਨ ਵਰਕਰ ਯੂਨੀਅਨ ਦੇ ਸੈਕਟਰੀ ਹੈਗੇ, ਅਸੀਂ ਇਹਨਾਂ ਨੂੰ ਵਰਕਰਾਂ ਨੂੰ ਜਥੇਬੰਦ ਕਰਦੇ। ਅਸੀਂ 29 ਦਸੰਬਰ ਨੂੰ ਜੋ ADC ਦਫ਼ਤਰ ਧਰਨਾ ਕਰਨਾ ਹੈ, ਉਹਦੇ ਲਈ ਉਹਨੂੰ ਜਾਗਰੂਕ ਕਰਨਾ ਹੈ ਕਿ ਅਸੀਂ ਆਪਣੀਆਂ ਮੰਗਾਂ, ਹੱਕੀ ਮੰਗਾਂ ਲਈ ਇਹਨਾਂ ਨੂੰ ਜਾਗਰੂਕ ਕਰਨਾ ਹੈ, ਔਰ ਤੁਸੀਂ ਉੱਥੇ ਇਕੱਤਰਿਤ ਹੋ ਕੇ ਘਰਾਓ ਕਰਨਾ ADC ਦਫ਼ਤਰ 'ਚ। ਤੁਹਾਡੇ ਸਾਹਮਣੇ ਹੁਣ ਥੇ ਬਰਨਾਲਾ ਦੇ ਜੀ, ਤੁਹਾਡਾ ਨਾਮ? ਹਾਂਜੀ, ਮੇਰਾ ਨਾਮ ਬਲਵੀਰ ਕੌਰ ਹੈ, ਪਿੰਡ ਥੇ ਬਰਨਾਲਾ। ਮੈਂ ਤੁਹਾਡੇ ਸਾਹਮਣੇ ਕੁਛ ਆਪਣੀਆਂ ਮੰਗਾਂ ਰੱਖਦੀ ਹੋਈ ਤੁਹਾਨੂੰ ਕਹਾਂਗੀ ਕਿ ਜੋ ਮਨਰੇਗਾ ਦੇ ਵਿੱਚ ਦਿਹਾੜੀ ਆ 269 ਰੁਪਈਏ ਆ, ਅਤੇ ਇਹਦੇ ਵਿੱਚ ਸਾਡਾ ਕੋਈ ਵੀ, ਜਿੱਦਾਂ ਸਾਡੀਆਂ ਵੱਡੇ ਭੈਣ ਆ, ਛੋਟੇ ਭੈਣ ਭਰਾ ਕੋਈ ਵੀ ਲੱਗੇ ਹੋਏ ਕੰਮ ਦੇ ਵਿੱਚ, 270 ਰੁਪਏ ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਹੁੰਦਾ। ਇਹਦੇ ਵਿੱਚ ਤਾਂ ਇੱਕ ਸਿਰਫ 100 ਰੁਪਈਏ ਦੀ ਸਰ੍ਹੋਂ ਦੀ ਤੇਲ ਦੀ ਛੋਟੀ ਬੋਤਲ, ਬੁਰਸ਼, ਕੋਲਗੇਟ, ਸਰਫ, ਸਾਬਣ ਆਉਂਦਾ। ਹੋਰ ਮੈਨੂੰ ਦੱਸੋ ਵੀ ਇਹ ਖਰਚਾ ਅਸੀਂ ਕਿੱਥੋਂ ਕੀਤਾ ਜਾਵੇ? ਇਹਦੇ ਵਿੱਚ ਮੈਂ ਇਹ ਚਾਹੁੰਦੀ ਹਾਂ ਕਿ ਜਿੰਨੇ ਵੀ ਸਾਡੇ ਭੈਣ ਭਰਾ ਆ ਮਨਰੇਗਾ ਦੇ ਵਿੱਚ, ਅਸੀਂ ਕੰਮ ਕਰਦੇ ਹਾਂ, ਸਾਡੀ ਦਿਹਾੜੀ ਵਧਾਈ ਜਾਵੇ। ਥੈਂਕ ਯੂ। ਇਹ ਸਾਥੀ ਉਹਨਾਂ ਨੇ ਜਿੱਦਾਂ ਗੱਲ ਵੀ ਸਾਂਝੀ ਕੀਤੀ ਹੈ ਵੀ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਵੇ, ਅਤੇ 29 ਤਰੀਕ ਨੂੰ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਜਿਹੜਾ ਡੀਸੀ ਦਫ਼ਤਰ ਦਾ ਘਰਾਬ ਕਰ ਰਹੇ ਆ। ਸਰ, ਮੈਂ ਮੇਟ ਹਾਂ, ਇਹ ਬਰਨਾਲਾ ਪਿੰਡ ਸਰਬਜੀਤ ਕੌਰ, ਅਤੇ 29 ਤਰੀਕ ਨੂੰ ਅਸੀਂ ਰੈਲੀ 'ਤੇ ਪਹੁੰਚਣਾ ਹੋਇਆ ਹੁਸ਼ਿਆਰਪੁਰ ADC ਦਫ਼ਤਰ। 29 ਤਰੀਕ ਦਾ ਜਿਹੜਾ ਪੂਰੀ ਤਿਆਰੀ ਕਰਕੇ ਅੱਡ ਅੱਡ ਪਿੰਡਾਂ 'ਚੋਂ ਵੱਡੇ ਜਿਹੜੇ ਜੱਥੇ ਲੈ ਕੇ ਗੱਡੀਆਂ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਡੀਸੀ ਦਫ਼ਤਰ ਜਿਹੜੇ ਇਹ ਸਾਰੇ ਸਾਥੀ ਪਹੁੰਚਣਗੇ, ਅਤੇ ਜਿੱਥੇ ਤੱਕ ਵੀ ਇਹ ਗੱਲ ਜਾ ਰਹੀ ਹੈ ਵੱਧ ਤੋਂ ਵੱਧ ਸਾਥੀਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਜਿਹੜੇ ਮਨਰੇਗਾ ਵਰਕਰ ਲਗਾਤਾਰ ਪਿੰਡਾਂ ਦੀ ਮੁਹਾਰ ਨੂੰ ਬਦਲਣ ਦੇ ਲਈ ਕੰਮ ਕਰਦੇ ਆ, ਮਿਹਨਤ ਕਰਦੇ ਆ, ਅਤੇ ਉਹਨਾਂ ਦੀ ਜਿਹੜੀਆਂ ਮੁੱਢਲੀਆਂ ਜਿਹੜੀਆਂ ਮੰਗਾਂ ਆ, ਚਾਹੇ ਉਹ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਵੇ, ਅਤੇ ਜਿਹੜਾ ਸਰਕਾਰ ਨੇ 100 ਦਿਨ ਗਰੰਟੀ ਦੀ ਜਿਹੜੀ ਗੱਲ ਕੀਤੀ ਆ, ਉਹ ਵੀ ਇਹਨਾਂ ਨੂੰ ਨਹੀਂ ਮਿਲਦਾ ਵੀ 100 ਦਿਨ ਰੁਜ਼ਗਾਰ ਨਹੀਂ ਪੱਕਾ ਮਿਲਦਾ। ਉਹਦੇ ਤੋਂ ਅੱਗੇ ਵੀ ਹੈ ਵੀ ਜਿੱਥੇ ਸਰਕਾਰ ਆਪਣੇ ਕਹਿ ਦੇ ਉੱਪਰ ਜਿਹੜੀ ਹੈ ਯਕੀਨ ਕਰੇ, 100 ਦਿਨ ਰੁਜ਼ਗਾਰ ਦਾ ਪ੍ਰਬੰਧ ਕਰੇ, ਉਹ ਤੋਂ ਬਾਅਦ 365 ਦਿਨ ਵੀ ਜਿਹੜਾ ਰੁਜ਼ਗਾਰ ਦੇ ਵਿੱਚ ਜਿਹੜਾ ਪੂਰਾ ਮਨਰੇਗਾ ਵਰਕਰ ਨੂੰ 365 ਦਿਨ ਜਿਹੜਾ ਕੰਮ ਮਿਲੇ, ਤਾਂ ਕਿ ਜਿਹੜਾ ਆਪਣਾ ਘਰ ਦਾ ਚੰਗਾ ਗੁਜ਼ਰ ਬਸਰ ਕਰ ਸਕਣ, ਅਤੇ 29 ਦਸੰਬਰ ਨੂੰ ਇਤਿਹਾਸਿਕ ਜਿਹੜਾ ਇਕੱਠ ਮਨਰੇਗਾ ਵਰਕਰ ਯੂਨੀਅਨ ਜਿਹੜੀ ਹੈ ਹੁਸ਼ਿਆਰਪੁਰ ਜਿਹੜਾ ਡੀਸੀ ਦਫ਼ਤਰ ਕਰ ਰਹੀ ਹੈ। ਧੰਨਵਾਦ।